ਤੁਹਾਡੀ ਲੜਕੀ ਨੇ ਕੀ ਘਟਨਾ ਵਾਪਰੀ, ਕੀ ਕਾਰਨ ਹੈਗਾ? ਘਟਨਾ ਕੀ ਵਾਪਰਨੀ? ਇੰਨਾ ਪੰਚਾਇਤ ਰਾਹੀਂ ਲਿਆਂਦਾ ਵਿੱਚ ਬੰਦਾ ਪਾ ਕੇ ਪਰਸੋਂ, ਅਤੇ ਅਸੀਂ ਪੁੱਛਿਆ ਕਾਂ ਦੇ ਕੁੜੀ ਨੂੰ, ਅਸੀਂ ਆਹ ਤਾਂ ਘਰ ਬਣਾਉਣਾ ਹੈ, ਅਸੀਂ ਕਿਸੇ ਬੰਦੇ ਦੇ ਮਿੱਤਰ ਕੋਈ ਪੈ ਗਿਆ ਵੀ ਜਦੋਂ ਮੈਂ ਆਖੇ ਲੱਗ ਗਿਆ ਵੀ ਚੱਲ ਉਹ ਬੜੀਆਂ ਮਿੰਨਤਾਂ ਕਰਦਾ ਸੀ, ਤੁਸੀਂ ਮੇਰੇ ਆਖੇ ਲੱਗ ਜਾਓ, ਤੁਸੀਂ ਭੇਜ ਦਿਓ ਕੁੜੀ, ਕੁਛ ਨਹੀਂ ਕਹਿਣ ਦੇ, ਮੇਰੀ ਜ਼ਿੰਮੇਵਾਰੀ ਹੈ, ਮੈਂ ਜੇ ਕੁਛ ਤੁਹਾਡੇ ਅੱਗੇ ਲੱਗਾ ਤਾਂ ਕੁਛ ਕਹਿਣ ਦੇ, ਤਾਂ ਅਸੀਂ ਜ਼ਿੰਮੇਦਾਰੀ ਤਾਂ ਕੱਲ੍ਹ ਦਿੱਤੀ ਪਰਸੋਂ। ਕੱਲ੍ਹ ਫਿਰ ਉਸ ਦਿਨ ਆਈ ਹੈ, ਰਾਤ ਨੂੰ ਬੜਾ ਨਮਾਂਦਾ ਕੀਤਾ, ਮਾੜਾ ਚੰਗਾ ਬੋਲਿਆ ਨਹੀਂ, ਜਾਈ ਦਾਜ ਨਹੀਂ ਲਿਆਈ, ਤੂੰ ਗੱਡੀ ਨਹੀਂ ਮੰਗੀ, ਤੂੰ ਕੜਾ ਨਹੀਂ ਮੰਗਿਆ, ਤੂੰ ਸੋਨੇ ਦੀ ਵਾਲੀਆਂ ਨਹੀਂ ਮੰਗੀਆਂ, ਮੇਰੇ ਦੀ ਸੱਸ ਕਹਿੰਦੀ ਹੁੰਦੀ ਉਹਦੀ ਮੰਮੀ, ਹੁਣ ਜਿਹੜਾ ਦੇ ਦਿੱਤਾ ਨੇ ਗਰੀਬਾਂ ਨੇ ਦੇ ਦਿੱਤਾ, ਉਹਨੂੰ ਕਿੱਥੋਂ ਦੇਣ ਵਾਰ ਵਾਰ, ਬੜੀ ਰੁੰਨੀ ਕਲਾਈ। ਕੱਲ੍ਹ ਫਿਰ ਲਿਆਂਦਾ ਨੇ ਘਰ, ਰਾਤ ਨੂੰ ਫਿਰ ਕੁੱਟਮਾਰ ਬੜੀ ਕੀਤੀ ਨੇ, ਤੂੰ ਦਾਜ ਲਿਆਵੇਂਗੀ ਤਾਂ ਰੱਖਾਂ ਤੈਨੂੰ ਛੱਡ ਦੇਣ, ਤਾਂ ਰੱਖਣਾ ਨਹੀਂ ਅਸੀਂ ਇੱਥੇ, ਇਹ ਪੂਰੀਆਂ ਮੰਗਾਂ ਕੀਤੀ। ਚੱਲ ਮੈਂ ਆਖ ਦੇਣ ਮੇਰੀ ਜਾਨ, ਅੱਜ ਜਾਨ ਬਚਾਉਣ ਤਰਲਾ ਮਾਰਦੀ ਸੀ, ਮੈਨੂੰ ਮਾਰਨ ਦੇਣ ਦੇ ਛੱਡਣਾ ਨਹੀਂ ਅੱਜ, ਬੜੀ ਰੁੰਨੀ ਕਰਲਾਈ ਉਹਨਾਂ ਵਿੱਚ, ਛਾਲੀ ਨੇ ਮਾਰਤੀ ਚੂਹਨੇ ਦੇ ਪਲਾਂ, ਭੱਜ ਜਾਵਾਂ ਕਿਤੇ, ਕੋਈ ਮੈਂ ਸਾਥ ਦੇ ਦੇ ਵੀ ਗਲਾਂ ਦਾ ਟੱਪਦਾ ਕੋਈ ਸੁਣ ਲਵੇ ਗੱਲ, ਉੱਥੋਂ ਹੈਗਾ ਹੀ ਨਹੀਂ, ਇਕੱਲੇ ਬੈਠੇ ਨਾ ਕੋਈ ਸੁਣੇ ਨਾ ਸਾਂਭੇ, ਅਤੇ ਮੁੜ ਤਰੋ ਕੇ ਘਰੇ ਲਿਆਂਦਾ, ਫਿਰ ਅੰਦਰ ਤਾੜਿਆ ਨਾ, ਕੁੱਟਮਾਰ ਕੀਤੀ, ਬੰਨਿਆ ਰੱਸਾ ਪਾ ਕੇ ਗਾਂ ਨੂੰ, ਤਰੋਈ ਫਿਰੇ, ਇਹਦੀ ਬਸ ਬਸ ਯਾਰਾ ਨਹੀਂ ਚੱਲਾ ਕਿਤੇ ਵੀ, ਇਹਨੇ ਫਰੋਕਰ ਲਾ ਕੇ ਬਹਿ ਗਈ, ਮੈਨੂੰ ਨਾ ਮਾਰੋ, ਮੈਂ ਚਲੀ ਜਾਂ ਦੀ, ਮੈਨੂੰ ਨਾ ਮਾਰੋ, ਤੁਹਾਨੂੰ ਕਿਵੇਂ ਪਤਾ ਲੱਗਿਆ ਜਿਹੜੀ ਸਾਨੂੰ ਪਤਾ ਲੱਗਾ ਜਿਹਨੇ ਟਰਾਈ ਹੈ ਨਾ ਕੁੜੀ ਖਾਲਸੇ ਨੇ, ਉੱਥੋਂ ਪਤਾ ਲੱਗਾ, ਉਹਨੇ ਫੋਨ ਸਵੇਰੇ ਤੜਕੇ ਕੀਤਾ, ਪੈ ਤਰ ਕੁੜੀ ਆਉਂਦੇ ਨੇ ਪੈਦੀ ਏ, ਹੱਥੋਂ ਤਾਂ ਹਿੰਦਾ ਤਾੜ ਕੇ ਰੱਖ ਲਈਏ, ਤੁਸੀਂ ਆਹਦਾ ਕੁੜੀ ਨੂੰ ਲੈ ਜਾਣਾ, ਇਹ ਸਾਨੂੰ ਇਹ ਗੱਲ ਦਾ ਪਤਾ ਨਹੀਂ, ਜਦੋਂ ਅਸੀਂ ਸਵੇਰੇ ਪਹੁੰਚੇ ਹਾਂ ਕੁੜੀ ਦਾ ਲਵਾਲ ਹੋਈ ਪਈ, ਅਸੀਂ ਤਰੁੰਨੇ ਕਰਲਾਏ ਪਿੱਟੇ, ਵੀ ਸਾਡੀ ਕੁੜੀ ਤੁਸੀਂ ਮਾਰ ਹੀ ਦਿੰਦੇ, ਮਾਰ ਸੱਟੀ ਤੁਸੀਂ ਸਾਡੇ ਪੱਲੇ ਕੁਛ ਨਹੀਂ ਛੱਡਿਆ, ਆਖਣ ਨਹੀਂ ਧੋਇਆ ਹੀ ਕੁਛ ਨਹੀਂ, ਛਲ ਕੀਤੀ ਪਈ, ਮਕਰ ਕਰਦੀ ਏ, ਅਸੀਂ ਕੁਛ ਨਹੀਂ ਕਿਹਾ, ਤਾਂ ਅਸੀਂ ਇਹ ਜਿਹੜੀ ਸਾਰੀ ਜਿਹੜਾ ਇਹ ਘਟਨਾ ਹੋਈ, ਦਾਜ ਨੂੰ ਲੈ ਕੇ ਹੋਈ? ਦਾਜ ਤੋਂ ਲੈ ਹੋਈ ਏ, ਦਾਜ ਮੰਗਦੇ ਸੀ? ਦਾਜ ਮੰਗਦੀ ਸੀ, ਸੱਸ ਮੰਗਦੀ, ਘਰ ਵਾਲੇ ਮੰਗਦਾ, ਜਠਾਣੀਆਂ ਨਲਕਰ ਮਾਰੀਏ, ਅਸੀਂ ਘਰੇ ਤਾਂ ਰਹਿਣ ਦਿਆਂ ਦੀਆਂ, ਸਾਰਾ ਦਾਜ ਲਿਆਵੇਂਗੀ ਤਾਂ, ਨਹੀਂ ਤਾਂ ਫੌਜੀ ਸਾਦਾ ਤੋਂ ਫੌਜੀ ਦੀ ਲੱਗਦੀ ਕੀ, ਇਹਨੇ ਕਿਹਾ ਚੱਲ ਮੈਂ ਰਾਤ ਮੰਨਣਾ ਪਿਆ ਵੀ ਹੁਣ ਪਾਣਾ ਮੰਨਣਾ ਪੈਣਾ, ਹੁਣ ਕਿਤੇ ਮੈਂ ਜਾਵਾਂ, ਰਾਤ ਮਾਰਦੇ ਨੇ ਫਿਰ, ਉਹਨਾਂ ਮੈਨੂੰ ਮਾਰੋ ਨਾ ਤੁਸੀਂ, ਮੈਨੂੰ ਕੱਢ ਦਿਓ ਦੇ, ਚੱਲ ਮੈਂ ਦਾਜ ਲਿਆਵਾਂਗੀ ਤਾਂ ਰਹਿ ਪਾਉਂਦੇ, ਨਹੀਂ ਤਾਂ ਨਾ ਸੀ, ਹੁਣ ਕੀ ਕਰੇ ਮੁੜ। ਹੁਣ ਤੁਸੀਂ, ਤੁਹਾਡੀ ਮੰਗ ਕੀ ਹੈਗੀ ਜਿਹੜੀ ਐਡੀ ਵੱਡੀ ਘਟਨਾ ਹੋਈ, ਉਹ ਦਾਜ ਦੇ ਪਿੱਛੇ ਮਾਰਨ ਦੀ ਕੋਸ਼ਿਸ਼ ਕੀਤੀ? ਬਸ ਆਪਣੀ ਕੁੜੀ ਦਾ ਸਾਥ ਪੂਰਾ ਦਿੱਤਾ ਜਾਏ, ਹਾਂਜੀ ਡਾਕਟਰ ਸਾਹਿਬ, ਜਿਹੜਾ ਇਹ ਤੁਹਾਡੇ ਕੋਲ ਪੇਸ਼ੈਂਟ ਆਈ ਹੈ, ਇੱਕ ਲੜਕੀ ਜਿਹਨੂੰ ਕੁੱਟਮਾਰ ਕੀਤੀ ਗਈ ਸਹੁਰੇ ਪਰਿਵਾਰ ਵੱਲੋਂ, ਉਹ ਕਿਸ ਤਰ੍ਹਾਂ ਦੀ ਉਹਦੀ ਹਾਲਤ ਹੈ? ਇਹ ਸਵੇਰੇ ਸਾਡੇ ਕੋਲ ਤਕਰੀਬਨ 8:30-9 ਇਹ ਮਰੀਜ਼ ਆਏ, ਅਤੇ ਮੈਂ ਇਹਨਾਂ ਦੀ ਚੈੱਕਅਪ ਕੀਤੀ ਹੋਈ ਹੈ ਪੂਰੀ, ਫਿਰ ਉਸ ਤੋਂ ਬਾਅਦ ਆਪਾਂ ਪੁਲਿਸ ਵਾਲਿਆਂ ਨੂੰ ਇਨਫੋਰਮ ਕਰਕੇ ਅਤੇ MLR ਕੱਟ ਕੇ ਭੇਜ ਦਿੱਤੀ, ਉਹ ਦੋ ਗਲੇ 'ਤੇ ਸੱਟਾਂ ਹੈਗੀਆਂ ਇਹਨਾਂ ਦੇ, ਬਾਕੀ ਜਿਵੇਂ ਪੁਲਿਸ ਵਾਲੇ ਪੜਤਾਲ ਕਰਦੇ ਨੇ ਉਸ ਹਿਸਾਬ ਨਾਲ ਬਣੇਗੀ ਰਿਪੋਰਟ ਉਹਨਾਂ ਦੀ ਵੱਲੋਂ, ਅਸੀਂ ਤਾਂ ਆਪਣੇ ਵੱਲੋਂ ਸੱਟਾਂ ਦਾ ਮੁਆਇਨਾ ਕਰਕੇ ਭੇਜ ਦਿੱਤਾ ਹੈ। ਬਾਕੀ ਦੇਖੋ ਹਾਲਤ ਕਿਸ ਤਰ੍ਹਾਂ ਦੀ? ਹਾਲਤ ਮਰੀਜ਼ ਉੱਦਾਂ ਥੋੜ੍ਹਾ, ਕਿਉਂਕਿ ਇਹੋ ਜਿਹੀ ਗੱਲ ਨਾਲ ਬੰਦੇ ਨੂੰ ਮਾਨਸਿਕ ਤੌਰ 'ਤੇ ਇਫੈਕਟ ਪੈਂਦਾ, ਉਹਦੇ ਕਰਕੇ ਥੋੜ੍ਹਾ ਇਫੈਕਟ ਪਿਆ ਹੈਗਾ, ਬਾਕੀ ਜਿਵੇਂ ਕੱਲ੍ਹ ਨੂੰ ਜਿਵੇਂ ਜਿਵੇਂ ਕੇਸ ਦਾ ਸੁਲਝਾਣ ਆਏਗਾ ਉਸ ਹਿਸਾਬ ਨਾਲ ਮਰੀਜ਼ ਦੀ ਹਾਲਤ ਵਧੀਆ ਹੋ ਜਾਏਗੀ। ਬਾਕੀ ਸੱਟਾਂ ਦਾ ਕੱਲ੍ਹ ਮੁਆਇਨਾ, ਅੱਜ ਮੁਆਇਨਾ ਕਰਕੇ ਕੱਲ੍ਹ ਨੂੰ ਜਦੋਂ ਐਕਸਰੇ ਕਰਾਉਣਗੇ, ਬਾਕੀ ਉਹਨਾਂ ਦੀ ਗਹਿਰਾਈ ਵਿੱਚ ਜ਼ਿਆਦਾ। ਕਿੱਲਾ ਜ਼ਮੀਨ ਮੈਂ ਗਹਿਣੇ ਰੱਖੀ, 3 ਲੱਖ 'ਚ ਗਹਿਣੇ ਰੱਖੀ, ਬਾਕੀ ਭੈਣਾਂ ਭਰਾਵਾਂ ਕਿਸੇ ਨੂੰ 50-60 ਹਜ਼ਾਰ ਠੱਗਾ, ਕਿਸੇ ਨੂੰ ਕਿੰਨਾ ਠੱਗਾ, ਅਜੇ ਵੀ ਕਈਆਂ ਦੇ ਮੇਰੇ ਵਿਆਹ 'ਚ ਲੈਣ ਹੈ, ਮੈਂ ਠੱਗ ਬੱਗ ਅਤੇ ਵਿਆਹ ਬਾਅਦ ਚੜ੍ਹ ਤੇ ਕੀਤਾ ਵੀ ਮੁਲਾਜ਼ਮ ਲੱਗਾ ਹੋਇਆ, ਤੁਹਾਨੂੰ ਇਹ ਨਾ ਸਾਨੂੰ ਕਹੇ ਵੀ ਲੈ ਵੀ ਇਹਨਾਂ ਕੀ ਦਿੱਤਾ ਹੈ, ਫਿਰ ਵੀ ਇਹਨਾਂ ਸਾਡੇ ਤੋਂ ਕਿਹਾ, ਕੁੜੀ ਨੂੰ ਕਿਹਾ ਵੀ ਜੇ ਤੂੰ ਦਾਜ ਦੇਵੇਂਗੀ, ਲਾਵੇਂਗੀ ਗੱਡੀ, ਲਾਵੇਂਗੀ ਬੁਲਟ, ਲਾਵੇਂਗੀ ਤੈਨੂੰ ਰੱਖਾਂ ਦਿਨ ਤੇ ਜਨੋ, ਅਸੀਂ ਤੈਨੂੰ ਖਤਮ ਕਰ ਦੇਣਾ, ਨਹੀਂ ਫਿਰਨਾ ਨਹੀਂ। ਕੱਲ੍ਹ ਕੀ ਕੀਤਾ ਉਹਨਾਂ ਨੇ? ਕੱਲ੍ਹ ਰਾਤ ਨੂੰ ਇਹਨਾਂ ਕੁੱਟਿਆ ਮਾਰਿਆ, ਬਹੁਤ ਹੀ ਇਹਦੇ ਗਲ 'ਚ ਰੱਸਾ ਪਾ ਕੇ ਖਾਇਆ ਦੇਣ ਲੱਗੇ ਨੇ, ਵਿੱਚ ਝੋਨੇ ਦੇ ਵਿੱਚ ਤਰੋਈ ਫਿਰੇ ਨੇ, ਬਹੁਤ ਕੁੱਟਿਆ, ਸੱਟਾਂ ਬਾਹਾਂ ਇਹਨਾਂ ਦੀਆਂ ਰਹੀਆਂ, ਇਹਨਾਂ ਬੰਨ ਦਿੱਤੀਆਂ ਬਾਹਾਂ। ਹੁਣ ਇਸ ਵੇਲੇ ਕਿੱਥੇ ਲੈ ਕੇ ਆਏ, ਕਿਵੇਂ ਲੈ ਕੇ ਆਏ, ਤੁਹਾਨੂੰ ਕਿਵੇਂ ਪਤਾ ਲੱਗਾ? ਅਸੀਂ ਲਿਆਂਦਾ ਸਵੇਰੇ, ਸਾਨੂੰ ਫੋਨ ਆਇਆ ਉਹ ਨਾਨੀ ਕੀਤਾ, ਕਹਿੰਦੇ ਹੱਥੀਂ ਨਹੀਂ ਤਾਂ ਕੋਈ ਤੋਰੀ ਸੀ ਵੀ ਚੱਲ ਸਾਡਾ ਫੈਸਲਾ ਹੋ ਜਾਵੇ, ਦਾ ਉਹਦੇ ਹੱਥ ਤੋਰੀ ਸੀ, ਉਹਨੇ ਅਸੀਂ ਫੋਨ ਕੀਤਾ ਉਹਦਾ, ਜਾ ਕੇ ਕੁੜੀ ਨੂੰ ਤੁਸੀਂ ਲੈ ਆਓ, ਜਾ ਕੇ ਦੇਖਿਆ ਅਤੇ ਬੂਹਾ ਲਾਈ ਪਿਆ ਸੀ, ਅਤੇ ਕੁੱਟਮਾਰ ਕੁੜੀ ਬੋਲਣੀ ਬੇਹੋਸ਼ ਹੋ ਗਈ ਸੀ, ਕੁੜੀ ਬੋਲ ਨਹੀਂ ਸਕੀ, ਅਸੀਂ ਚੁੱਕ ਕੇ ਸਾਨੂੰ ਆਪੂ ਪੈ ਗਏ ਨੇ ਵੀ ਤੂੰ ਕਿਉਂ ਕਿਉਂ ਕੁੜੀ ਲੈ ਚੱਲੇ ਗਿਆ, ਅਸੀਂ ਅਸੀਂ ਜਾਣੇ ਹਾਂ। ਪਰਸੋਂ ਦੀ ਗੱਲ ਹੈ ਜੀ, ਇਹਦਾ ਕੁੜੀ ਆਪਾਂ ਤੋਰ ਦਿੱਤੀ ਸੀ, ਆਪਾਂ ਕਿਸੇ ਵੀ ਸਬੂਰਤਦਾਰੀ 'ਤੇ,
ਅਤੇ ਪਰਸੋਂ ਵੀ ਨਾਲ ਪਲੈਨ ਬਣਾਇਆ ਸੀ ਨਾ ਕੁੱਟਮਾਰ ਪਰਸੋਂ ਵੀ ਕੀਤੀ ਹੈ ਲੇਕਿਨ ਸਾਨੂੰ ਪਤਾ ਨਹੀਂ ਲੱਗਿਆ ਅਤੇ ਰਾਤ ਇਹਨਾਂ ਬਹੁਤ ਕੁੱਟਿਆ ਮਾਰਿਆ ਅਤੇ ਮਾਰਨ ਵੀ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਨਾ ਅਤੇ ਲੇਕਿਨ ਗੁੜੀਆ ਸਾਡੀ ਵੱਜ ਗਈ ਆ ਅਤੇ ਰਾਤ ਝੋਨੇ ਵਿੱਚ ਇਹਨੂੰ ਪਜਾਈ ਫੜਿਆ ਖਿੱਚੀ ਫੜਿਆ ਇਹਨੂੰ ਗਲਤ ਰਸਤਾ ਪਾ ਕੇ ਕਿੰਨੇ ਜਣੇ ਗਏ ਸੀਗੇ ਉਹ ਸਾਡਾ ਪਰਿਵਾਰ ਹੀ ਗਏ ਸੀ ਪਤਾ ਇਹ ਲੜਕਾ ਫੌਜ 'ਚ ਲੱਗਿਆ ਹੋਇਆ ਜੀ ਫੌਜੀ ਮੁੰਡਾ ਹੈ ਅਤੇ 5-6 ਮਹੀਨੇ ਹੋ ਗਿਆ ਵਿਆਹ ਨੂੰ ਅਤੇ ਉਹ ਚੜਾ ਗਿਆ ਸੀ ਡਿਊਟੀ 'ਤੇ ਇਹ ਮੁੜ ਕੇ ਦੇਜ ਕਹਿੰਦੀ ਸੀ ਲਿਆ ਇਹਨੂੰ ਪੈਕਿਆ ਅਤੇ 4-5 ਮਹੀਨੇ ਰੁਸ ਕੇ ਬੈਠੀ ਰਹੀ ਉੱਥੇ ਇਹਨੂੰ ਲਿਆਉਂਦੇ ਨਹੀਂ ਸੀ ਕਹਿੰਦੇ ਦੇਜ ਲਿਆ ਇਸ ਤਰ੍ਹਾਂ ਵੀ ਸਾਨੂੰ ਪੜਾ ਨਹੀਂ ਪਾਇਆ ਸਾਨੂੰ ਮੋਟਰਸਾਈਕਲ ਨਹੀਂ ਦਿੱਤਾ ਵੱਡਾ ਨਹੀਂ ਦਿੱਤਾ ਮੋਟਰਸਾਈਕਲ ਅਤੇ ਮੁੜ ਕੇ ਫਿਰ ਪਿੰਡ ਦਾ ਉੱਥੋਂ ਜੰਗ ਸੋਲੀ ਹੈਗਾ ਉਹਦੇ ਥੇ ਕੇ ਉਹਨੇ ਕਿਹਾ ਮੈਂ ਤੁਹਾਡੇ ਦਾ ਵੀ ਸਹਿਮਤੀ ਕਰਾਉਣਾ ਤੁਹਾਡੀ ਅਤੇ ਉਹਨੇ ਕੁੜੀ ਤੋਂ ਵੀ ਇਹਨਾਂ ਵੀ ਤਰਾ ਦਿੱਤੀ ਸਾਡੀ ਜ਼ਿੰਮੇਵਾਰੀ 'ਤੇ ਹੁਣ ਸੱਟਾਂ ਕਿੱਥੇ ਕਿੱਥੇ ਲੱਗੀਆਂ ਨੇ ਕੁੱਟਮਾਰ ਕਿਵੇਂ ਕੀਤੀ ਕੁੱਟਮਾਰ ਬਹੁਤ ਕਾਂਡ ਅਤੇ ਬਹੁਤ ਇਹਨਾਂ ਡਾਂਡੂ ਪਾਈਆਂ ਗਲਾ ਖਿੱਚੀ ਫੜਿਆ ਰੱਸਾ ਪਾ ਕੇ ਅਤੇ ਹੋਰ ਵੀ ਝੋਨੇ ਵਿੱਚ ਖਿੱਚੀ ਫੜਿਆ ਇਹਨਾਂ ਮੰਦੀ ਵੱਲ ਬਹੁਤ ਮੰਦੀ ਹੁਣ ਇਸ ਵੇਲੇ ਕਿਵੇਂ ਲੈ ਕੇ ਇੱਥੇ ਆਏ ਚੁੱਕ ਕੇ ਲੈ ਆਏ ਜੀ ਅਤੇ ਮੋਟਰਸਾਈਕਲ 'ਤੇ ਬੜੀ ਮੁਸ਼ਕਲ ਗੱਡੀ ਮਿਲੀ ਨਹੀਂ ਅਤੇ ਚੁੱਕ ਅਤੇ ਗੁੜੀਆ ਨੂੰ ਪਾ ਕੇ ਅਤੇ ਲੈ ਕੋਲ ਹਾਂਜੀ ਕੀ ਹੋਇਆ ਜਿਹੜਾ ਤੁਹਾਡੇ ਗਲ 'ਚ ਨਿਸ਼ਾਨ ਹੈਗੇ ਕੀ ਕੀ ਕਾਰਨ ਹੋਇਆ ਜੀ ਮੈਨੂੰ ਰੱਸਾ ਪਾ ਕੇ ਉਹਨਾਂ ਖਿੱਚਿਆ ਮੈਨੂੰ ਫਾ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਮਾਰਨ ਦੀ ਕੋਸ਼ਿਸ਼ ਕੀਤੀ ਜਾਨੋ ਕੌਣ ਲੋਕ ਸੀ ਜਿਨ੍ਹਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਤੇਰਾ ਸਹੁਰਾ ਪਰਿਵਾਰ ਸੀ ਮੇਰਾ ਸਹੁਰਾ ਪਰਿਵਾਰ ਸੀ ਮੇਰਾ ਕਰਦਾ ਸੀ ਕੀ ਨਾਮ ਸੀਗਾ ਉਹਨਾਂ ਉਹਨਾਂ ਦਾ ਨਾਮ ਸਰਵਨ ਸਿੰਘ ਉਹ ਫੌਜੀ ਹੈ ਅੱਛਾ ਤੁਹਾਡਾ ਪਤੀ ਫੌਜੀ ਹੈ ਹਾਂਜੀ ਉਹਨਾਂ ਦਾਜ ਦੀ ਮੰਗ ਕੀਤੀ ਹੈ ਕਿ ਮੈਂ ਫੌਜੀ ਹਾਂ ਮੈਨੂੰ ਗੱਡੀ ਚਾਹੀਦੀ ਹੈ ਮੈਨੂੰ ਸੋਨੇ ਦਾ ਕੜਾ ਨਹੀਂ ਪਾਇਆ ਮੈਨੂੰ ਗਲ 'ਚ ਨਹੀਂ ਪਾਈ ਸੋਨੇ ਦੀ ਕਿੰਨੀ ਦੇਰ ਹੋ ਗਈ ਤੁਹਾਡੇ ਵਿਆਹ ਹੋਏ ਸਾਡੇ ਵਿਆਹ ਨੂੰ 5 ਮਹੀਨੇ ਹੋਏ ਪਹਿਲਾਂ ਵੀ ਤੁਹਾਨੂੰ ਕੁੱਟਮਾਰ ਕਰਦੇ ਸੀ ਪਹਿਲਾਂ ਕੁੱਟਮਾਰ ਕੀਤੀ ਨਹੀਂ ਇਹੀ ਕਿਹਾ ਕਿ ਲਿਆਏਗੇ ਤਾਂ ਰੱਖਾਂਗੇ ਨਹੀਂ ਤਾਂ ਨਹੀਂ ਰੱਖਾਂਗੇ ਇੱਕ ਕਦੀ ਘਟਨਾ ਹੈ ਇਹ ਪਰਸੋਂ ਤੋਂ ਗੱਲ ਹੋ ਰਹੀ ਹੈ ਪਹਿਲਾਂ ਵਿਆਹ ਤੋਂ ਬਾਅਦ ਮੈਨੂੰ ਘਰੋਂ ਬਾਹਰ ਕੱਢਤਾ 4 ਤਰੀਕ ਨੂੰ ਮੈਂ ਉੱਥੇ ਗਈ ਪੇਕੇ ਘਰ ਚਲੀ ਗਈ ਮੇਰੀ ਸੱਸ ਨੇ ਮੈਨੂੰ ਧੱਕੇ ਮਾਰ ਕੇ ਕੱਢਿਆ ਇਹ ਸਮਾਨ ਲੈ ਕੇ ਆਏਗੇ ਤਾਂ ਫੌਜੀ ਰੱਖੇਗਾ ਨਹੀਂ ਤਾਂ ਨਹੀਂ ਰੱਖਣਾ ਤੈਨੂੰ ਕਿਸੇ ਨੇ ਇਹ ਹੁਣ ਜਿਹੜੇ ਤੁਹਾਡੇ ਗਲ 'ਚ ਰੱਸਾ ਪਾ ਕੇ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹਾਂਜੀ ਇਹ ਮੇਰੇ ਘਰ ਦੇ ਨੇ ਸਾਰਾ ਪਰਿਵਾਰ ਰਲ ਕੇ ਮੈਨੂੰ ਗੁੱਜੀਆਂ ਸੱਟਾਂ ਮਾਰੀਆਂ ਉਹਨਾਂ ਮੈਂ ਆਪਦੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਮੈਂ ਨਾਲ ਦੇ ਕੰਨ ਤੋਂ ਛਾਲ ਮਾਰ ਕੇ ਭੱਜੀ ਝੋਨੇ ਵਿੱਚ ਪੂਰੇ ਪਰਿਵਾਰ ਨੇ ਮੈਨੂੰ ਇੰਨਾ ਛੋਲਿਆ ਮੈਂ ਆਪਦੇ ਆਪ ਨੂੰ ਬੜਾ ਔਖਾ ਬਿਤਾਇਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਕੀ ਕੀ ਕਾਰਵਾਈ ਕੀਤੀ ਮੰਗ ਇਹਨਾਂ ਦੇ ਪੂਰੀ ਪੂਰੀ ਕਾਰਵਾਈ ਕੀਤੀ ਜਾਵੇ ਇਹ ਦਾਜ ਦੇ ਤੇ ਜੋ ਇਹਨਾਂ ਲਾਲਚ ਪੁਣਾ ਹੈ ਮੇਰਾ ਸਾਥ ਦਿੱਤਾ ਜਾਵੇ